ਅੱਛਾ ਜੀ, ਅੱਜ ਜਾ ਰਹੇ ਹਾਂ ਕੰਮ 'ਤੇ ਪੈਦਲ ਹੀ, ਕਿਉਂਕਿ ਸਵਾਰੀ ਅੱਜ ਵੀ ਨਹੀਂ ਹੈ ਕੋਲ। ਅਤੇ ਦੇਖੋ ਬੈਗ ਟਾਂਡੀ 'ਤੇ ਸੀ ਸਾਲ, ਅਤੇ ਕੰਮ ਕਰਨਾ ਵੀ ਜ਼ਰੂਰੀ। ਹਾਲਾਤ ਕੁਛ ਹੀ ਇਸੇ ਤਰ੍ਹਾਂ ਦੇ ਹੋਏ ਖੜ੍ਹੇ ਨੇ। ਅਸੀਂ ਜਾ ਰਹੇ ਕੰਮ 'ਤੇ, ਇਨਸ਼ਾਅੱਲਾ ਬਾਕੀ ਜੋ ਆਈ ਜਾਏਗਾ ਅੱਜ ਜਿਹੜੇ ਸੀਨ ਹੈਗਾ ਭੈਣ ਭਰਾ ਨੂੰ ਜ਼ਰੂਰ ਸ਼ੇਅਰ ਕਰਾਂਗੇ। ਦੇਖੋ ਇਹ ਸੜਕ ਸਿੱਧੀ ਪੈਦਲ ਜਾਂਦੇ ਪਏ ਹਾਂ। ਬਾਕੀ ਸਾਡੇ ਖੱਬੇ ਸੱਜੇ ਦੇਖੋ ਹਰਿਆਈ ਹਰਿਆਈ, ਬਾਗ ਕਾਫੀ ਲੱਗੇ ਨੇ। ਸਾਹਮਣੇ ਪੀਟਰ ਚੱਲ ਰਿਹਾ, ਆਵਾਜ਼ ਆ ਰਹੀ ਆ। ਪਾਣੀ ਚਲਾਇਆ ਨਾ, ਮੇਰਾ ਨਵਾਂ ਬਾਗ ਲੱਗ ਗਿਆ ਜਿਹੜਾ ਛੋਟਾ ਛੋਟਾ ਨਾ, ਇਹ ਨਵਾਂ ਬਾਗ ਲੱਗ ਗਿਆ। ਇੱਕ ਦੋ ਦਿਨ ਹੀ ਹੋਏ ਲੱਗੇ ਨੂੰ, ਇਹਨਾਂ ਨੂੰ ਪਾਣੀ ਦੇ ਰਹੇ ਨੇ। ਅਤੇ ਪੁੱਛਦਾ ਵੀ ਨਹੀਂ ਨਾਲ ਜਾਣਾ ਕਿ ਨਹੀਂ, ਕਹਿੰਦੇ ਹਵਾ ਥੋੜ੍ਹੀ ਹੈ ਮੋਟਰਸਾਈਕਲ 'ਚ, ਕੋਲੋਂ ਹੀ ਲੰਘ ਜਾਂਦੇ। ਮੈਂ ਦੇਖੋ ਜੀ ਇਹ ਪੀਟਰ ਪਾਣੀ ਨਿਕਲਦਾ ਪਿਆ, ਚੱਲਦਾ ਪਿਆ, ਬਾਗ ਹੀ ਭਰ ਰਿਹਾ ਪਾਣੀ ਜਾ ਰਿਹਾ ਸੀ, ਤਾਂ ਬਾਗ ਭਰੀ ਜਾ ਰਹੇ ਨੇ। ਕਿ ਬਹੁਤ ਹੀ ਖੂਬਸੂਰਤ ਮੰਦਰ ਸੁਬਹਾ ਸੁਬਹਾ ਦਾ, ਅਗਰ ਠੰਡ ਵੀ ਹੈ ਹਲਕੀ ਹਲਕੀ। ਸੋਰੀ ਬਿਲਕੁਲ ਉੱਪਰ ਆ ਗਿਆ, ਲੇਟ ਵੀ ਬਹੁਤ ਹੋ ਗਿਆ ਕੰਮ ਤੋਂ। ਇਸ ਸਾਈਡ 'ਤੇ ਮੂਲੀਆਂ ਜ਼ਿਮੀਦਾਰਾਂ ਨੇ ਬੀਜੀਆਂ ਹੋਈਆਂ ਜੀ, ਮੂਲੀ ਵੀ ਸ਼ੁਰੂ ਹੋ ਗਈ ਆ ਤਕਰੀਬਨ। ਇਹ ਤਾਂ ਹਾਲੇ ਕੁਛ ਲੇਟ ਆ, ਜ਼ਿਆਦਾ ਮੂਲੀ ਸ਼ੁਰੂ ਹੋ ਗਈ ਆ। ਚੱਲਦੇ ਪਏ ਆਹਿਸਤਾ ਆਹਿਸਤਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਮੇਰੇ ਭੈਣ ਭਾਈ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸ਼ਾਦੋਬਾਦ ਰੱਖੇ। ਸੀ ਪਿਆਰੀ ਸੀ ਦੁਆ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜਿਹੀ ਆਦਤ, ਜਿਹਨ ਭੈਣ ਭਾਈਆਂ ਨੇ ਅਭੀ ਤੱਕ ਮਹਾਂਵੀਰ ਬਲੌਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਨ, ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਨ, ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਬਰ ਵਕਤ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅੱਛਾ ਜੀ, ਅੱਜ ਦੀ ਵੀਡੀਓ, ਕੱਲ੍ਹ ਤਾਂ ਕੰਮ ਦੀ ਛੁੱਟੀ ਹੋ ਗਈ ਸੀ, ਅੱਜ ਫਿਰ ਦੁਬਾਰਾ ਚੱਲਦੇ ਹਾਂ। ਜੋ ਵੀ ਸੀਨ ਹੋਏਗਾ ਇਨਸ਼ਾਅੱਲਾ ਭੈਣ ਭਰਾਵਾਂ ਨੂੰ ਜ਼ਰੂਰ ਸ਼ੇਅਰ ਕਰਦੇ ਹਾਂ, ਕਿਉਂਕਿ ਕੰਮ 'ਤੇ ਦੱਸੀ ਗਏ ਪਹੁੰਚ, ਲੇਕਿਨ ਠੇਕੇਦਾਰ ਨਹੀਂ ਹਾਲੇ ਤੱਕ ਪਹੁੰਚਿਆ। ਠੇਕੇਦਾਰ ਆਉਂਦਾ ਤਾਂ ਫਿਰ ਪਤਾ ਲੱਗੇਗਾ ਕਿ ਹਾਜ਼ਰੀ ਲੱਗਦੀ ਆ ਜਾਂ ਛੁੱਟੀ ਜੀ। ਠੇਕੇਦਾਰ ਵੀ ਥੱਲੇ ਪਹੁੰਚ ਗਿਆ, ਦੋ ਮਜ਼ਦੂਰ ਜਿਹੜੇ ਵਾਪਸ ਜਾਣ ਲੱਗੇ ਨੇ, ਉਹਨਾਂ ਦੀ ਛੁੱਟੀ ਹੋ ਗਈ ਹੈ, ਕਿਉਂਕਿ ਕੰਮ ਦੇ ਕੋਈ ਥੋੜ੍ਹੀ ਚਾਲ ਕੋਈ ਨਹੀਂ। ਚਾਲ ਸਿਰਫ ਇਹੀ ਹੈ ਜਿੱਥੇ ਕਾਸ਼ ਭਾਈ ਲੱਗੇ ਨੇ ਆ ਗਲੀ, ਅਤੇ ਇਸ ਸਾਈਡ 'ਤੇ ਇਹ ਥੋੜ੍ਹੀ ਜਗ੍ਹਾ ਰਹਿ ਗਈ ਆ, ਅਤੇ ਕੱਚਾ ਕਰਨਾ ਇੱਥੇ ਪੈ ਕੇ ਰਹਿ ਗਈ ਨਾ। ਬਾਕੀ ਦੁਖਾਨੇ ਭੈਣ ਭਰਾਵਾਂ ਨੂੰ ਆ ਪਿੱਛੇ ਆ, ਜਿਹੜੇ ਸਾਰੀ ਕਾਸ਼ ਭਾਈ ਨੇ ਕੱਚੇ ਕਰ ਦਿੱਤੇ ਹੋਏ ਨੇ। ਆ ਦੇਖੋ ਰਫ ਹੋ ਗਿਆ ਸਾਰਾ ਤਕਰੀਬਨ, ਇਹ ਕਮਰਾ ਵੀ ਰਫ ਹੋ ਗਿਆ ਜੀ, ਇਸੇ ਤਰ੍ਹਾਂ ਸਾਰੇ ਤਕਰੀਬਨ ਰਫ ਹੋ ਗਏ। ਅੱਜ ਕੰਮ ਨਹੀਂ ਹੈਗਾ ਸੀ, ਪਿੱਛੇ ਇੱਕ ਮਜ਼ਦੂਰ ਲਾਇਆ ਉਹ ਸਫਾਈ ਸੂ ਕਰਨ ਰਿਹਾ। ਇਹ ਕਿਚਨ ਦਾ ਜਿਹੜਾ ਇਹ ਵੀ ਰਫ ਹੋ ਗਿਆ, ਪਿੱਛੇ ਤੋਂ ਸਲੈਬ ਪਏਗੀ ਨਾ, ਪਿੱਛੇ ਬਜਰੀ, ਉੱਥੇ ਬਾਅਦ 'ਚ ਥੋੜ੍ਹਾ ਬਹੁਤਾ ਪਾਇਆ ਜਾਏ। ਬਾਕੀ ਹੁਣ ਚੱਲਦੇ ਘਰ, ਜੇ ਕੋਈ ਸੁਰਤ ਹਾਲ ਬਣ ਗਈ ਤਾਂ ਠੀਕ ਹੈ, ਨਹੀਂ ਤਾਂ ਵਾਪਸੀ ਜਾਣਾ ਪੈ ਗਿਆ। ਠੰਡ 'ਚ ਚੱਲ ਕੇ ਆਏ ਸੀ, ਤੁਰ ਕੇ ਜਾਣਾ ਪੈ ਗਿਆ ਸੀਗਾ। ਬਾਕੀ ਨਸੀਬ, ਕਿਉਂਕਿ ਅੱਜ ਕੱਲ੍ਹ ਦਿਹਾੜੀ ਤੋੜ ਕੇ ਜਿਹੜੀ ਆ ਉਹ ਵੀ ਨਹੀਂ ਗੁਜ਼ਾਰਾ ਹੋ ਰਿਹਾ। ਦਿਹਾੜੀ ਲੱਗ ਵੀ ਜਾਵੇ ਤਾਂ ਗੁਜ਼ਾਰਾ ਹੁੰਦਾ, ਬੱਚਿਆਂ ਦੀਆਂ ਜੁੱਤੀਆਂ ਕੋਲ ਨਹੀਂ, ਗੋਬਰ ਦੀਆਂ ਮੋਟੀਆਂ ਲੈਣੀਆਂ ਉਹ ਵੀ ਪਰੇਸ਼ਾਨ ਆ। ਸੁਬਹਾ ਸੁਬਹਾ ਸਕੂਲ ਜਾਂਦੇ ਨੇ, ਜਰਾਬਾਂ ਕੋਈ ਸਰਦੀ ਆ ਗਈ ਆ, ਕਈ ਚੀਜ਼ਾਂ ਸਕੂਲ ਦੇ ਵਿੱਚ ਉਹ ਮਾਸਟਰ ਵੀ ਦੱਸ ਦਿੰਦੇ ਨੇ ਕਿ ਲੈ ਕੇ ਉਹ ਵੀ ਕੱਚਾ ਹੋ ਗਿਆ ਜੀ, ਤਕਰੀਬਨ ਸਾਰਾ ਕੱਚਾ ਹੋ ਗਿਆ ਜੀ। ਮਜ਼ਦੂਰ ਨੇ ਤਾਂ ਮਜ਼ਦੂਰੀ ਕਰਨੀ ਆ ਜੀ, ਜੇ ਦਿਹਾੜੀ ਟੁੱਟ ਜਾਂਦੀ ਬੜੀ ਪਰੇਸ਼ਾਨੀ ਵਰਦੀ। ਇਹ ਅੱਲਾ ਦਾ ਸ਼ੁਕਰ ਕਰਦਾ ਆ ਕਿ ਅੱਲਾ ਤਾਲਾ ਦਾ ਲੱਖ ਤੇ ਕਰੋੜ ਵਾਰੀ ਸ਼ੁਕਰ ਆ ਕਿ ਤੰਦਰੁਸਤੀ ਸਿਹਤ ਦਿੱਤੀ ਆ। ਅੱਜ ਕੱਲ੍ਹ ਤਾਂ